ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨਨਾ ਸਕੋਂ ਤੂੰ ਠਾਕੁਰ ਊਚ ਭਗਵਾਨਾ ਤੁਮਰੇ ਮਹਿਮਾ ਵਰਨਨਾ ਸਕੋਂ ਤੂੰ ਠਾਕੁਰ ਊਚ ਭਗਵਾਨਾ ਹੋਵੇ ਸਿਫਤ ਖਸਮ ਦੇ ਨੂਰ ਅਰਸ਼ੋਂ ਕੁਰਸ਼ੋਂ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਵੇਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਦੀਨ ਪੇਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਹਜ਼ੂਰ ਨੇ ਦਰਸ਼ਨ ਦਿਦਾਰ ਬਖਸ਼ ਕੇ ਆਪਣੇ ਪਾਵਨ ਦਰਬਾਰ ਤੋਂ ਆਪਾਂ ਨੂੰ ਸਾਰਿਆਂ ਨੂੰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ। ਇਹ ਅੰਮ੍ਰਿਤ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ
ਸੱਤ ਸੌ ਸੋਲ੍ਹਾਂ ਦੇ ਉੱਤੇ ਅੰਕਿਤ ਹਨ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਗੁਣ ਤੋਂ ਪਾਵੇ ਬਖਸ਼ਿਸ਼। ਕਹਿੰਦੇ ਨੇ ਸਤਿਗੁਰੂ ਜੀ ਕਿ ਮੇਰੇ ਪਾਤਸ਼ਾਹ ਨੇ, ਮੇਰੇ ਸਤਿਗੁਰੂ ਨੇ, ਅਕਾਲ ਪੁਰਖ ਨੇ, ਪਰਮਾਤਮਾ ਨੇ, ਮੇਰੇ ਪ੍ਰਭੂ ਜੀ ਨੇ ਮੇਰੇ ਉੱਤੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਔਰ ਜਿਨ੍ਹਾਂ ਪੰਜਾਂ ਦੇ ਅਧੀਨ ਹੋ ਕੇ ਸਾਡੀ ਜ਼ਿੰਦਗੀ ਬਰਬਾਦ ਹੁੰਦੀ ਹੈ, ਖਤਮ ਹੁੰਦੀ ਹੈ, ਫੇਲ ਹੁੰਦੀ ਹੈ, ਉਹਨਾਂ ਪੰਜਾਂ ਨੂੰ ਵਸ ਵਿੱਚ ਕਰਨ ਦੀ ਸਤਿਗੁਰੂ ਨੇ ਜੁਗਤ ਦੱਸੀ ਹੈ, ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਤਨ ਤੇ ਸਗਲ ਦੂਰ ਕੀਨ। ਇਹ ਮੇਰੇ ਤਨ ਤੋਂ, ਮੇਰੇ ਜੀਵਨ ਵਿੱਚੋਂ ਦੂਰ ਕਰ ਦਿੱਤੇ ਨੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੇ ਗੁਰੂ ਹਮੇਸ਼ਾ ਹੀ ਸੇਵਕ 'ਤੇ ਬਖਸ਼ਿਸ਼ ਕਰਦੇ ਨੇ, ਮਿਹਰ ਕਰਦੇ ਨੇ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਹਰ ਮਾਤਾ ਪਿਤਾ ਆਪਣੇ ਬੱਚਿਆਂ ਵਾਸਤੇ ਚੰਗਾ ਹੀ ਕਰਦੇ ਨੇ, ਜਿਤਨੀ ਕੁ ਉਹਨਾਂ ਦੀ ਹਿੰਮਤ, ਉਹਨਾਂ ਦੀ ਸੋਚ, ਉਹਨਾਂ ਦੀ ਪਲਾਨਿੰਗ ਹੈ, ਕੋਸ਼ਿਸ਼ ਹੁੰਦੀ ਹੈ, ਬੱਚੇ ਸਾਡੇ ਨਾਲੋਂ ਜ਼ਿਆਦਾ ਸੁਖੀ ਰਹਿਣ। ਇੱਕ ਉਸਤਾਦ ਵੀ ਆਪਣੇ ਸਟੂਡੈਂਟ ਨੂੰ ਇਹੀ ਆਸ ਰੱਖ ਕੇ ਚੱਲਦਾ ਹੈ, ਇਹ ਮੇਰੇ ਨਾਲੋਂ ਜ਼ਿਆਦਾ ਸਿਆਣਾ ਹੋ ਜਾਵੇ, ਕਿਤੇ ਸਟੇਜ 'ਤੇ ਬਹਿ ਕੇ ਕੀਰਤਨ ਕਰੇ, ਰਾਗ ਗਾਵੇ, ਕੁਛ ਆਪਣੀ ਪ੍ਰੈਜੈਂਟੇਸ਼ਨ ਦੇਵੇ, ਪਤਾ ਲੱਗੇ ਕਿੱਥੋਂ ਸਿੱਖਿਆ। ਅਤੇ ਗੁਰੂ ਤਾਂ ਫਿਰ ਨਿਮਾਣਿਆਂ ਨੂੰ ਵੀ ਮਾਣ ਬਖਸ਼ਦਾ ਹੈ, ਔਗੁਣ ਯਾਰਿਆਂ ਦੇ ਉੱਤੇ ਵੀ ਕਿਰਪਾ ਕਰਦਾ ਹੈ। ਉਹ ਨਿਰਗੁਣ ਯਾਰੇ ਪਾਲਦਾ ਭਾਈ, ਦੇਹ ਨਿਥਾਵੇ ਥਾਂ। ਗੁਰੂ ਤੇ ਕਹਿ ਦਿੱਤਾ ਸਤਿਗੁਰਾਂ ਨੇ, ਸੁਖੀ ਬੱਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਅੱਜ ਐਸੇ ਦੀਨ ਦਿਆਲ ਸਤਿਗੁਰ ਦੀ ਬਖਸ਼ਿਸ਼ ਦਾ ਦਿਹਾੜਾ, ਬਾਜਾਂ ਵਾਲੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ, ਨੀਲੇ ਦੇ ਸ਼ਾਹੀ ਅਸਵਾਰ, ਅੰਮ੍ਰਿਤ ਕੇ ਦਾਤੇ ਸ਼ਹਿਨਸ਼ਾਹ, ਸਰਬੰਸਦਾਨੀ ਸਤਿਗੁਰੂ, ਅੱਜ ਉਹਨਾਂ ਦੀ ਮਹਾਨ ਬਖਸ਼ਿਸ਼ ਜੋ ਖਾਲਸਾ ਪੰਥ ਨੂੰ ਕੀਤੀ, ਸਾਰੇ ਸੰਸਾਰ ਨੂੰ ਕੀਤੀ, ਹੋਲਾ ਮੁਹੱਲਾ, ਇਹ ਬੜਾ ਵੱਡਾ ਪੁਰਬ ਹੈ ਜੋ ਅੱਜ ਸੰਗਤਾਂ ਯਥਾ ਸ਼ਕਤ, ਜਿਸ ਤਰ੍ਹਾਂ ਵੀ ਪੋਸੀਬਿਲਿਟੀ ਹੈ, ਸੋਸ਼ਲ ਮੀਡੀਆ ਜਾਂ ਇਕੱਠੇ ਹੋ ਕੇ ਗੁਰੂ ਘਰ ਵਿੱਚ ਜਾ ਕੇ ਸੰਗਤਾਂ ਗੁਰੂ ਦਾ ਸ਼ੁਕਰ ਕਰ ਰਹੀਆਂ ਨੇ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੂੰ ਆਪਸ ਵਿੱਚ ਸਾਂਝੀਆਂ ਕਰ ਰਹੀਆਂ ਨੇ। ਤਿਉਹਾਰ ਆਦਿ ਕਾਲ ਤੋਂ ਮਨਾਏ ਜਾਂਦੇ ਆ ਰਹੇ ਨੇ ਅਤੇ ਮਨਾਏ ਜਾਂਦੇ ਰਹਿੰਦੇ ਆ। ਕਿਸੇ ਵੀ ਤਿਉਹਾਰ ਦਾ ਸਿਗਨੀਫਿਕੈਂਸ ਜੋ ਹੈ ਚੰਗਾ ਹੀ ਹੁੰਦਾ ਹੈ, ਉਹਨੂੰ ਅਸੀਂ ਮਾੜਾ ਵਰਤ ਵਰਤ ਕੇ ਮਾੜਾ ਬਣਾ ਦਿੰਦੇ ਹਾਂ। ਹੋਲੀ ਦਾ ਤਿਉਹਾਰ ਆ ਰਿਹਾ ਸੀ ਅਤੇ ਆਦਿ ਕਾਲ ਤੋਂ ਇਹ ਤਿਉਹਾਰ ਮਨਾਉਂਦੇ ਆ ਰਹੇ ਹਾਂ। ਸੰਗਤਾਂ ਨੇ ਵੀ ਵਿਚਾਰ ਕੀਤੀ, ਮਹਾਰਾਜ ਹੋਲੀ ਆ ਰਹੀ ਹੈ, ਕਹਿਣ ਲੱਗੇ ਔਰਨ ਕੀ ਹੋਲੀ ਮਮ ਹੋਲਾ, ਅਸੀਂ ਕੱਲ੍ਹ ਨੂੰ ਮਨਾਵਾਂਗੇ, ਅਸੀਂ ਕੱਲ੍ਹ ਨੂੰ ਮਨਾਵਾਂਗੇ। ਗੁਰੂ ਦੇ ਸਿੱਖ ਸਿਆਣੇ ਸਨ, ਕਹਿਣ ਲੱਗੇ ਮਹਾਰਾਜ ਦੁਨੀਆਂ ਨੇ ਤਾਂ ਅੱਜ ਰੰਗ ਖੇਡਣਾ ਹੈ,
ਕਹਿਣ ਲੱਗੇ ਅਸੀਂ ਵੀ ਉਸ ਅਕਾਲ ਪੁਰਖ ਦੀ ਖੁਸ਼ੀ ਲਵਾਂਗੇ, ਅਸੀਂ ਕੱਲ੍ਹ ਨੂੰ ਖੇਡਾਂਗੇ। ਇੱਕ ਨਵੇਕਲਾ ਰੰਗ, ਇੱਕ ਪਿਆਰ ਦਾ ਰੰਗ, ਇੱਕ ਜ਼ਾਹੋ ਜ਼ਲਾਲ ਦਾ ਰੰਗ, ਅਸੀਂ ਇਸ ਰੰਗ ਦੇ ਨਾਲ ਵੀ ਖੇਡਾਂਗੇ। ਤਾਂ ਸਿੱਖ ਸਿਆਣੇ ਸੀ, ਕੱਲ੍ਹ ਨੂੰ ਆਇਓ ਭਾਈ, ਸਾਰਿਆਂ ਵਿਚਾਰ ਕੀਤੀ ਵੀ ਗੁਰੂ ਸਾਹਿਬ ਸਾਨੂੰ ਕਿਹੜਾ ਇੱਕ ਖਾਸ ਰੰਗ ਦੇਣਾ ਹੈ, ਗੁਰੂ ਸਾਹਿਬ ਨੇ ਸਾਡੇ ਉੱਤੇ ਕੀ ਬਖਸ਼ਿਸ਼ ਕਰਨੀ ਹੈ, ਅਤੇ ਆਪਾਂ ਕਿੱਦਾਂ ਜਾਈਏ। ਅਗਲੇ ਦਿਨ ਸਾਰੇ ਸੱਜਣਾਂ ਨੇ ਵਿਚਾਰ ਕੀਤੀ, ਕੱਲ੍ਹ ਨੂੰ ਸਫੇਦ ਚਿੱਟੇ ਕੱਪੜੇ ਪਾ ਕੇ ਆਉਣੇ ਆ, ਕਿਉਂਕਿ ਹੁਣ ਕਲਰਡ ਕੱਪੜੇ ਬਲੈਕ 'ਤੇ ਪਾਏ ਅਤੇ ਕਿਹੜਾ ਰੰਗ ਪੈ ਗਿਆ ਚੰਗਾ ਨਹੀਂ ਲੱਗਣਾ, ਚਿੱਟੇ ਦੇ ਉੱਤੇ ਜਿਹੜਾ ਵੀ ਰੰਗ ਲੱਗਿਆ ਸੋਹਣਾ ਲੱਗੇਗਾ, ਅਤੇ ਫਿਰ ਗੁਰੂ ਸਾਹਿਬ ਨੇ ਪਤਾ ਨਹੀਂ ਕਿਹੜੀ ਬਖਸ਼ਿਸ਼ ਕਰਨੀ ਹੈ। ਸਫੇਦ ਵਸਤਰ ਪਾ ਕੇ ਆਏ, ਸਤਿਗੁਰੂ ਸੰਗਤਾਂ ਵੱਲ ਤੱਕਿਆ, ਸੰਗਤਾਂ ਦੀ ਦੀਦਾਰ ਕਰਕੇ ਕਹਿੰਦੇ ਨੇ, ਗੁਰਮੁਖ ਪਿਆਰਿਓ, ਅੱਜ ਤੁਸੀਂ ਸਾਰੇ ਚਿੱਟੇ ਕੱਪੜੇ ਪਾ ਕੇ ਆਏ। ਅਤੇ ਸਤਿਗੁਰੂ ਪੁੱਛਣ 'ਤੇ, ਗੁਰਾਂ ਦੇ ਪੁੱਛਣ 'ਤੇ ਇੱਕ ਸਿੱਖ ਕਹਿੰਦਾ, ਮਹਾਰਾਜ ਅੱਜ ਅਸੀਂ ਸਫੈਦ ਤਾਂ ਪਾ ਕੇ ਆਏ ਹਾਂ ਕਿ ਪਤਾ ਨਹੀਂ ਤੁਹਾਡੀ ਕਿਹੜੀ ਬਖਸ਼ਿਸ਼ ਹੋਣੀ ਹੈ, ਅਤੇ ਇਸ ਵਸਤਰ ਚਿੱਟੇ ਦੇ ਉੱਤੇ ਹੀ ਸੋਹਣੀ ਲੱਗਣੀ ਹੈ। ਬੜੀ ਵੱਡੀ ਲੌਜਿਕ ਸੀ, ਭਾਵ ਕਲੀਨ ਹੈ, ਚਿੱਟਾ ਹੈ, ਬੇਦਾਗ ਹੈ, ਕੋਈ ਦਾਗ ਨਹੀਂ ਹੈ। ਕਿਤੇ ਇਹੋ ਜਿਹਾ ਮਨ ਲੈ ਕੇ ਵੀ ਅਸੀਂ ਗੁਰੂ ਦੇ ਪਾਸ ਬੈਠੀਏ, ਮਨ ਰੰਗੋ ਵੱਡ ਭਾਗੀਓ, ਗੁਰਤੁੱਠਾ ਕਰੇ ਪਸਾਓ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਮੇਰੇ ਸਤਿਗੁਰਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ, ਨੇਤਰ ਬੰਦ ਕੀਤੇ ਕਿ ਕਿਤਨੀ ਉੱਚੀ ਸੋਚ ਹੈ ਗੁਰਸਿੱਖ ਸੰਗਤਾਂ ਦੀ। ਅਤੇ ਭਾਈ ਨੰਦ ਲਾਲ ਜੀ ਨੇ ਫਿਰ ਉਸ ਵਾਕਿਆਤ ਨੂੰ ਬੜਾ ਸੋਹਣਾ ਆਪਣੀ ਨਜ਼ਮ ਦੇ ਵਿੱਚ, ਗਜ਼ਲ ਦੇ ਵਿੱਚ ਰੱਖਿਆ ਹੈ। ਕਹਿੰਦੇ ਨੇ, ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਿਚਕਾਰੀ ਦੇ ਵਿੱਚ ਜ਼ਾਫਰਾਨੀ ਕਿਸਰੀ ਰੰਗ ਭਰ ਕੇ ਸੰਗਤਾਂ ਦੇ ਉੱਤੇ ਗੁਲਾਲ ਵਾਂਗੂ ਛਿੜਕਾਓ ਕੀਤਾ। ਜਿਹੇ ਪਿਚਕਾਰੀਏ ਪੁਰ ਜ਼ਾਫਰਾਨੀ, ਕਿ ਹਰ ਬੇਰੰਗੋ ਰਾਹ ਖੁਸ਼ ਰੰਗੋ ਬੂ ਕਰਨ। ਬੇਰੰਗ ਚਿੱਟੇ ਕੱਪੜੇ ਪਾਏ ਸਨ ਗੁਰੂ ਸਾਹਿਬ ਨੇ, ਖੁਸ਼ੀ ਦਾ ਰੰਗ, ਕੇਸਰੀ ਰੰਗ ਇਹਨਾਂ ਸੰਗਤਾਂ ਦੇ ਉੱਤੇ ਛਿੜਕ ਦਿੱਤਾ। ਸੰਗਤ ਬੇਹੱਦ ਖੁਸ਼ ਹੋਈ, ਵਾਹ ਵਾਹ ਮੇਰੇ ਸਤਿਗੁਰੂ। ਜਿਹੇ ਪਿਚਕਾਰੀਏ ਪੁਰਜਾ ਫੁਰਾਨੀ, ਕਿ ਹਰ ਬੇਰੰਗੋ ਰਾਹ ਖੁਸ਼ ਰੰਗੋ ਬੂ ਕਰਤ। ਫਿਰ ਗੁਰੂ ਸਾਹਿਬ ਜੀ ਨੇ ਹੋਲਾ ਮਹੱਲਾ ਦੇ ਉੱਤੇ ਖਾਲਸੇ ਨੂੰ ਸ਼ਾਸਤਰ ਵਿੱਦਿਆ ਦੇ ਜੌਹਰ ਦਿਖਾਉਣ ਦੇ ਵੀ ਬੜੀ ਵੱਡੀ ਬਖਸ਼ਿਸ਼ ਕੀਤੀ। ਇੱਕ ਪਾਸੇ ਜਗ੍ਹਾ ਬਣਾਉਣੀ ਕਿ ਇੱਥੇ ਹਮਲਾ ਕਰਨਾ ਹੈ, ਅਤੇ ਉਸ ਪਾਸੇ ਦੂਸਰੇ ਪਾਸਿਓਂ ਗੁਰੂ ਦੀਆਂ ਲਾਡਲੀਆਂ ਫੌਜਾਂ ਸਿੱਖ ਸੰਗਤਾਂ ਨੂੰ ਸ਼ਸਤਰਧਾਰੀ ਹੋ ਕੇ ਖੜਾ ਕੀਤਾ, ਕਿਉਂਕਿ ਲੋੜ ਸੀ। ਚੁੰਕਾਰ ਅਜ਼ਹਮਾ ਹੀਲਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਲੋੜ ਸੀ ਹੁਣ ਹੱਥ ਵਿੱਚ ਸ਼ਮਸ਼ੀਰ ਲੈਣ ਦੀ, ਹੱਥ ਵਿੱਚ ਤੇਗ ਪਕੜਨ ਦੀ ਹੁਣ ਜ਼ਰੂਰਤ ਸੀ। ਅਤੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੋ ਜੱਥੇ ਬਣਾ ਕੇ, ਦੋ ਟੀਮਾਂ ਕਹਿ ਲਓ, ਬਣਾ ਕੇ ਯੁੱਧ ਕਰਾਉਣੇ, ਅਤੇ ਜੇਤੂ ਜੱਥੇ ਨੂੰ, ਟੀਮ ਨੂੰ ਇਨਾਮ ਦੇਣੇ। ਜਾਗਰਤੀ ਪੈਦਾ ਕੀਤੀ, ਗੁਰੂ ਨੂੰ ਪਤਾ ਸੀ ਸ਼ਸਤਰ ਦੇ ਅਧੀਨ ਹੈ ਰਾਜ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤਾਂ ਕੀਤੀਆਂ, ਅਤੇ ਅੱਜ ਅਸੀਂ ਹੋਲਾ ਮਹੱਲਾ, ਇਹ ਸਾਡਾ ਇੱਕ ਗੁਰੂ ਦੀ ਬਖਸ਼ਿਸ਼ ਦਾ ਤਿਉਹਾਰ ਅਸੀਂ ਯਾਦ ਕਰ ਰਹੇ ਹਾਂ। ਏਕ ਨੂਰ ਗੁਰੂ ਘਰ ਸਾਰੀ ਸੰਗਤ ਨੂੰ ਲੱਖ 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 ਵਧਾਈਆਂ। ਮੇਰੇ ਸਤਿਗੁਰੂ ਜੀ ਸਾਨੂੰ ਇਸ ਜਾਹੋ ਜਲਾਲ ਦੇ ਵਿੱਚ ਰੰਗੀ ਰੱਖਣ। ਇਹ ਰੰਗ ਸਾਡੇ ਦਿਲਾਂ ਦੇ ਉੱਤੇ, ਸਾਡੇ ਮਨਾਂ ਦੇ ਉੱਤੇ, ਸਾਡੇ ਸੀਸ ਦੇ ਉੱਤੇ ਝੂਲਦੇ ਰਹਿਣ। ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਅੱਜ ਵੀ ਇਸ
ਮਹਾਨ ਬਖਸ਼ਿਸ਼ ਨੂੰ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਜੀ ਅਨੰਦਪੁਰ ਸਾਹਿਬ ਪਹੁੰਚ ਕੇ ਉਸੇ ਅਸਥਾਨਾਂ ਵੱਲ ਜਿੱਥੇ ਗੁਰੂ ਸਾਹਿਬ ਜੀ ਇਹ ਯੁੱਧ ਕਰਾਉਂਦੇ ਹੁੰਦੇ ਸਨ ਦੋ ਜਥਿਆਂ ਦੇ ਵਿਚਕਾਰ, ਅਤੇ ਅੱਜ ਵੀ ਉੱਥੇ ਇਹ ਸ਼ਾਸਤਰ ਵਿੱਦਿਆ ਦੇ ਜੌਹਰ ਦਿਖਾਉਂਦੇ ਨੇ, ਗੱਤਕੇ ਦੇ ਜੌਹਰ ਦਿਖਾਉਂਦੇ ਨੇ। ਫਿਰ ਉੱਥੇ ਨਾਲ ਦੀ ਨਾਲ ਘੋੜ ਸਵਾਰੀ ਹੁੰਦੀ ਹੈ ਘੋੜਿਆਂ ਦੇ ਉੱਤੇ। ਪਹਿਲੇ ਤਾਂ ਗੁਰੂ ਦੀ ਬਖਸ਼ਿਸ਼ ਹੁੰਦੀ ਸੀ ਇਹ ਵੀ ਦੋ ਘੋੜਿਆਂ ਦੇ ਉੱਤੇ ਇੱਕ ਨਿਹੰਗ ਸਿੰਘ ਰਾਈਡ ਕਰਦਾ ਸੀ। ਸਾਡੀ ਪੋਲੋ ਚੱਲਦੀ, ਇੰਟਰਨੈਸ਼ਨਲ ਪੋਲੋ ਚੱਲਦੀ ਹੈ ਘੋੜਿਆਂ ਦੇ ਉੱਤੇ ਜੋ ਚੱਲਦੇ ਨੇ, ਦੇਖ ਲਓ ਇਹਨਾਂ ਦੀ ਗੇਮ ਵੀ ਤੁਸੀਂ ਸਾਰੇ ਵੇਖਦੇ ਹੋ। ਨਿਹੰਗਾ ਸਿੰਘਾਂ ਦੀ ਬਖਸ਼ਿਸ਼ ਵੇਖੋ ਗੁਰੂ ਦੀ, ਨਿਹੰਗਾ ਸਿੰਘਾਂ ਦੇ ਉੱਤੇ ਦੋ ਘੋੜਿਆਂ ਦੇ ਉੱਤੇ ਰਾਈਡ ਕਰਦੇ ਨੇ ਨਿਹੰਗ ਸਿੰਘ, ਔਰ ਫਾਸਟ ਜਾਂਦੇ ਨੇ। ਇਹ ਗੁਰੂ ਦੀ ਬਖਸ਼ਿਸ਼ ਹੈ। ਅੱਜ ਤੱਕ ਕੋਈ ਵੀ ਐਸਾ ਰਾਈਡਰ ਨਹੀਂ ਹੋਇਆ, ਹਾਰਸ ਰਾਈਡਰ, ਕਿ ਜਿਹੜਾ ਪੋਲੋ ਦੇ ਵਿੱਚ ਜਾਂ ਇਸ ਗੇਮ ਦੇ ਵਿੱਚੋਂ ਦੋ ਘੋੜਿਆਂ ਦੇ ਉੱਤੇ ਰਾਈਡ ਕਰਕੇ ਔਰ ਗੇਮ ਜਿੱਤੇ। ਇਹ ਸਾਡੇ ਨਿਹੰਗ ਸਿੰਘ ਨੇ, ਮਾਣ ਕਰੀਏ ਇਹਨਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਉੱਤੇ। ਇਹਨਾਂ ਨੇ ਉਸ ਵਕਤ ਦੇ ਹਾਲਾਤਾਂ ਨੂੰ ਅੱਜ ਵੀ ਜ਼ਿੰਦਾ ਰੱਖਿਆ ਹੈ। ਔਰ ਇਸ ਹੋਲੇ ਮਹੱਲੇ ਦੇ ਉੱਤੇ ਤਾਂ ਇੱਕ ਨਿਹੰਗ ਸਿੰਘ ਤਿੰਨ ਘੋੜਿਆਂ ਦੇ ਨਾਲ ਸਵਾਰੀ ਕਰਕੇ ਰਾਈਡ ਕਰਕੇ ਆ ਰਿਹਾ ਹੈ ਬਹੁਤ ਤੇਜ਼ ਰਫਤਾਰ ਦੇ ਨਾਲ। ਅਤੇ ਗੁਰੂ ਬਖਸ਼ਿਸ਼ ਕਰੇ ਤਾਂ ਹਰ ਚੀਜ਼, ਐਵਰੀਥਿੰਗ ਇਜ਼ ਇੰਪੋਸੀਬਲ, ਨਥਿੰਗ ਇਜ਼ ਇੰਪੋਸੀਬਲ। ਗੁਰੂ ਨੇ ਬਖਸ਼ਿਸ਼ ਕੀਤੀ ਅਤੇ ਭਾਈ ਬਚਿੱਤਰ ਸਿੰਘ ਹਾਥੀ ਦੇ ਨਾਲ ਮੁਕਾਬਲਾ ਕਰਦੇ ਨੇ। ਗੁਰੂ ਦੀ ਮਿਹਰ ਹੈ, ਇੱਕ ਮਸਤ ਸ਼ਰਾਬੀ ਹਾਥੀ ਉਹਨੂੰ ਹਰ ਤਰੀਕੇ ਨਾਲ ਪ੍ਰੋਟੈਕਟ ਕੀਤਾ ਹੋਇਆ, ਮੱਥੇ ਦੇ ਵਿੱਚ ਨਾਗਨੀ ਦੇ ਨਾਲ ਮਾਰ ਕੇ ਭਾਈ ਬਚਿੱਤਰ ਸਿੰਘ ਨੇ ਹਾਥੀ ਨੂੰ ਭਜਾਉਣਾ, ਗੁਰੂ ਦੀ ਬਖਸ਼ਿਸ਼। ਅਤੇ ਇਹ ਗੁਰੂ ਪਿਆਰਿਓ, ਅੱਜ ਹੋਲੇ ਮਹੱਲੇ ਦਾ ਦਿਹਾੜਾ ਹੈ, ਅਤੇ ਆਪਣੇ ਘਰਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਿੱਥੇ ਜਿੱਥੇ ਵੀ ਸੁਣ ਰਹੇ ਹੋ ਯਾਦ ਕਰੋ, ਉਹਦਾ ਸ਼ੁਕਰ ਕਰੀਏ ਸਤਿਗੁਰਾਂ ਦਾ ਕਿ ਮਹਾਰਾਜ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਤੁਸੀਂ ਹਿੰਦੁਸਤਾਨ ਨੂੰ ਆਜ਼ਾਦ ਕੀਤਾ, ਖਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ, ਖਾਲਸੇ ਨੂੰ ਮਾਣ ਦਿੱਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਤੇ ਦਸਤਾਰਾਂ ਸਜਾਇਆ ਕਰੋ ਭਾਈ ਸਾਰੇ ਗੁਰਮੁਖ ਪਿਆਰੇ ਵੀਰੋ, ਦਸਤਾਰ ਸਜਾਇਆ ਕਰੋ। ਕਹਿੰਦੇ ਨੇ ਸਿੱਖ ਸਵੇਰੇ ਦਸਤਾਰ ਸਜਾਉਂਦਾ ਹੈ ਇੱਕ ਵਾਰ, ਅਤੇ ਦਸਤਾਰ ਉਹਨੂੰ ਸਾਰਾ ਦਿਨ ਸਜਾਈ ਰੱਖਦੀ ਹੈ, ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ ਨਾ। ਤੁਸੀਂ ਇੱਕ ਵਾਰ ਸੀਸ 'ਤੇ ਰੱਖ ਲਓ, ਸਾਰਾ ਦਿਨ ਗੁਰੂ ਤੁਹਾਡੀ ਇੱਜ਼ਤ ਬਣਾਈ ਰੱਖਦਾ ਹੈ, ਮਾਣ ਦਿੰਦਾ ਹੈ, ਸਤਿਕਾਰ ਦਿੰਦਾ ਹੈ। ਇੱਕ ਦਸਤਾਰ ਵਾਲੇ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹੂ ਆਰ ਯੂ, ਪਤਾ ਲੱਗਦਾ ਹੈ ਸਿੰਘ ਹੈ, ਪਤਾ ਲੱਗ ਜਾਂਦਾ ਹੈ ਆਰ ਯੂ ਸਿੱਖ, ਪੁੱਛਦੇ ਨੇ ਲੋਕ ਦਸਤਾਰ ਵੇਖ ਕੇ, ਨਹੀਂ ਤਾਂ ਕੋਈ ਪੁੱਛਦਾ ਵੀ ਨਹੀਂ, ਪੁੱਛੇਗਾ ਤਾਂ ਪੁੱਛੇਗਾ ਵੀ ਆਰ ਯੂ ਫਰੋਮ ਯੂਰ, ਕਿੱਥੋਂ ਆ ਜੀ ਤੁਸੀਂ, ਕੌਣ ਹੋ। ਦਸਤਾਰ ਦੀ ਇਹ ਬਖਸ਼ਿਸ਼ ਹੈ, ਅਤੇ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਗੁਰੂ ਪਿਆਰਿਓ, ਦਸਤਾਰਾਂ ਬੱਚਿਆਂ ਨੂੰ ਵੀ ਸਜਾਓ, ਦਸਤਾਰਾਂ ਆਪ ਵੀ ਸਜਾਇਆ ਕਰੋ, ਅਤੇ ਭੈਣਾਂ ਵੀ ਕਦੇ ਆਪਣੇ ਨੇਬਰਹੁੱਡ ਦੇ ਵਿੱਚ ਚੱਲਿਆ ਕਰੋ, ਚੁੰਨੀ ਲੈ ਕੇ ਸਿਰ 'ਤੇ ਦਸਤਾਰਾਂ ਸਜਾ ਕੇ ਸਾਰੇ ਨਿਕਲਿਆ ਕਰੋ। ਇਹ ਵੀ ਇੱਕ ਆਪਣੇ ਨੇਬਰਹੁੱਡ ਦੇ ਵਿੱਚ ਅਵੇਅਰਨੈਸ ਹੁੰਦੀ ਹੈ ਕਿ ਸਵੇਰੇ ਮਾਰਨਿੰਗ ਵਾਕ ਕਰੋ, ਸ਼ਾਮ ਨੂੰ ਘੁੰਮ ਲਓ, ਏਰੀਏ ਦੇ ਵਿੱਚ ਘੁੰਮੋ ਦਸਤਾਰ ਨਾਲ, ਏਰੀਏ ਦੇ ਵਿੱਚ ਘੁੰਮੋ ਆਪਣੇ ਲਿਬਾਸ ਦੇ ਵਿੱਚ, ਤਾਂ ਕਿ ਪਤਾ ਲੱਗਦਾ ਵੀ ਇਹ ਕੌਣ ਨੇ। ਛੋਟੀਆਂ ਛੋਟੀਆਂ ਗੱਲਾਂ ਬੜਾ ਵੱਡਾ ਮੈਟਰ ਕਰਦੀਆਂ ਨੇ। ਸੋ ਹਾਰਦਿਕ ਤੌਰ 'ਤੇ ਇੱਕ ਵਾਰ ਸਾਰੀ ਸੰਗਤ ਨੂੰ ਹੋਲਾ ਮਹੱਲਾ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਮਿਹਰ ਕਰਨ ਅਤੇ ਸਾਡੇ ਪੰਥ ਵਿੱਚ ਪਿਆਰ ਬਣੇ, ਪੰਥ ਇੱਕ ਨਿਸ਼ਾਨ ਦੇ ਥੱਲੇ ਆ ਕੇ ਇੱਕ ਸੱਚੇ ਮਾਰਗ 'ਤੇ ਚੱਲੇ, ਅਤੇ ਅਸੀਂ ਗੁਰੂ ਸਾਹਿਬ ਦੀਆਂ ਇਹਨਾਂ ਬਖਸ਼ਿਸ਼ਾਂ ਨੂੰ ਇਉਂ ਹੀ ਆਪਣੇ ਘਰਾਂ ਵਿੱਚ, ਆਪਣੇ ਹਿਰਦਿਆਂ ਦੇ ਵਿੱਚ ਵਸਾਈ ਰੱਖੀਏ। ਇੱਕ ਗੱਲ ਚੇਤੇ ਆਈ, ਨਿਹੰਗਾ ਸਿੰਘਾਂ ਦੇ ਸੀਸ 'ਤੇ ਜੋ ਦੁਮਾਲਾ ਸੱਜਿਆ ਹੁੰਦਾ ਹੈ ਨਾ, ਇਹਦੇ ਉੱਤੇ ਕੁਝ ਕੁ ਨਿਹੰਗ ਸਿੰਘ ਜਿਹੜੇ ਨੇ ਉਹ ਫਰਲਾ, ਉਹਨੂੰ ਕਿਹਾ ਜਾਂਦਾ ਫਰਲਾ, ਛੱਡਦੇ ਨੇ ਇੱਕ ਉੱਤੋਂ ਦੀ ਸੀਸ ਦੇ ਉੱਤੋਂ,
ਅਤੇ ਉਸ ਫਰਲੇ ਦੀ ਬੜੀ ਵੱਡੀ ਫਿਲੋਸਫੀ ਹੈ, ਕਿਉਂਕਿ ਜਿਹੜਾ ਅੱਗੇ ਨਿਸ਼ਾਨਚੀ ਹੁੰਦਾ ਸੀ ਨਾ, ਨਿਸ਼ਾਨ ਸਾਹਿਬ ਲੈ ਕੇ ਮੈਦਾਨੇ ਜੰਗ ਵਿੱਚ ਜਾਣ ਵਾਲਾ, ਉਹਦੇ ਕੋਲੋਂ ਜੇ ਕਿਤੇ ਨਿਸ਼ਾਨ ਸਾਹਿਬ ਸ਼ਹੀਦ ਹੋ ਗਿਆ, ਸਿੰਘ ਨਿਸ਼ਾਨ ਸਾਹਿਬ ਦੀ ਹੁਣ ਰੱਖਿਆ ਉਹ ਕਿਹਨੇ ਚੁੱਕਣਾ ਹੈ। ਅਤੇ ਇੱਕ ਸਮਾਂ ਐਸਾ ਆਇਆ ਨਿਹੰਗਾ ਸਿੰਘਾਂ ਇਹਨਾਂ ਗੁਰੂ ਦੀਆਂ ਫੌਜਾਂ ਨੇ ਕਿ ਇੱਥੇ ਜਥੇਦਾਰ ਨੂੰ ਇਹ ਜਿਹੜੀ ਸੀ ਇਹ ਬਖਸ਼ਿਸ਼ ਕਰਨੀ, ਜਿਹੜਾ ਅੱਗੇ ਲੱਗ ਕੇ ਜਾਂਦਾ ਹੁੰਦਾ ਸੀ ਕਿ ਜੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਤਾਂ ਸਾਡੇ ਸੀਸ ਦੇ ਉੱਤੇ ਫਰਲੇ ਇਹ ਨਿਸ਼ਾਨ ਸਾਹਿਬ ਚੁੱਲਦੇ ਰਹਿਣਗੇ। ਇਹ ਬੜੀ ਵੱਡੀ ਬਖਸ਼ਿਸ਼ ਹੈ ਅੱਜ ਵੀ ਨਿਹੰਗ ਸਿੰਘ। ਖੈਰ ਉਹਨਾਂ ਦੀ ਹੁਣ ਪ੍ਰਥਾ ਹੈ ਕਿ ਜਿਹਨੂੰ ਨਿਹੰਗ ਸਿੰਘ ਨੂੰ ਦੇਣਾ ਹੈ ਇਹ ਪੰਜ ਸਿੰਘ ਇਕੱਠੇ ਹੋ ਕੇ ਫਰਲੇ ਦੀ ਬਖਸ਼ਿਸ਼ ਕਰਦੇ ਨੇ। ਅਤੇ ਇਹ ਫਰਲੇ ਵਾਲਾ ਜਿਹੜਾ ਸਿੰਘ ਹੁੰਦਾ ਨਾ, ਉਹਨੂੰ ਬਹੁਤ ਮਾਣ ਸਨਮਾਨ ਸਤਿਕਾਰ ਮਿਲਦਾ, ਜਥੇਦਾਰੀ ਦੇ ਵਿੱਚ ਮੰਨਿਆ ਜਾਂਦਾ ਹੈ। ਸਾਡੀਆਂ ਇਹ ਪੰਥਕ ਰਵਾਇਤਾਂ ਨੇ। ਅਤੇ ਇਹਨਾਂ ਦਿਨਾਂ ਦੇ ਵਿੱਚ ਹੀ ਸਤਿਗੁਰੂ ਜੀ ਨੇ ਸਾਨੂੰ ਬੋਲੀ ਵੀ ਬਖਸ਼ੀ ਸੀ, ਜਿਹਨੂੰ ਕਹਿੰਦੇ ਨੇ ਖਾਲਸਾ ਜੀ ਕੇ ਬੋਲ ਬਾਲੇ। ਬੋਲੀ ਬੜੀ ਸੋਹਣੀ ਬਖਸ਼ੀ ਸਨ ਸੱਚੇ ਪਾਤਸ਼ਾਹ ਜੀ ਨੇ। ਜੇ ਇਹਨਾਂ ਬੋਲਿਆਂ ਨੂੰ ਵੀ ਆਪਾਂ ਹਿਰਦੇ ਵਿੱਚ ਵਸਾਈਏ ਅਤੇ ਚੜ੍ਹਦੀ ਕਲਾਈਏ, ਆਪਾਂ ਵੈਸੇ ਵੀ ਕਹਿੰਦੇ ਹਾਂ ਕਿ ਜਦੋਂ ਕੋਈ ਸਿੰਘ ਹਾਲ ਚਾਲ ਪੁੱਛਦਾ ਹੈ ਤਾਂ ਅਸੀਂ ਕਹਿੰਦੇ ਜੀ ਚੜ੍ਹਦੀ ਕਲਾ ਇਹ ਖਾਲਸੇ ਦਾ ਬੋਲਬਾਲਾ ਹੈ, ਚੜ੍ਹਦੀ ਕਲਾ ਹੈ। ਭਾਵੇਂ ਤਕਲੀਫ ਵਿੱਚ ਤਾਂ ਵੀ ਚੜ੍ਹਦੀ ਕਲਾ ਹੈ, ਔਰ ਚੜ੍ਹਦੀ ਕਲਾ ਕਰਦਿਆਂ ਹੀ ਹੋ ਜਾਂਦੀ ਹੈ ਚੜ੍ਹਦੀ ਕਲਾ, ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਸੋ ਹਾਰਦਿਕ ਤੌਰ 'ਤੇ ਸਭ ਦਾ ਹੀ ਧੰਨਵਾਦ ਮੇਰੇ ਸਤਿਗੁਰੂ ਮਿਹਰ ਕਰਨ ਅਤੇ ਸਾਨੂੰ ਬਾਣੀ ਦਾ, ਸੇਵਾ ਦਾ, ਸਿਮਰਨ ਦਾ, ਅਤੇ ਨਾਲ ਅਤ ਹੀ ਰਨ ਮੈਂ ਤਬ ਜੂਝ ਮਰੋਂ ਇਹ ਵੀ ਜਜ਼ਬਾ ਸਾਡੇ ਹਿਰਦਿਆਂ ਦੇ ਵਿੱਚ ਰਹੇ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਅਤੇ ਮਹਾਰਾਜ ਦਾ ਸ਼ੁਕਰ ਹੈ, ਸ਼ੁਕਰ ਹੈ ਕਿ ਉਹਨਾਂ ਨੇ ਸਾਜੀ ਹੈ ਕੌਮ, ਸਾਜਿਆ ਹੈ ਪੰਥ, ਸਾਜਿਆ ਹੈ ਖਾਲਸਾ, ਸਾਜੀ ਹੈ ਗੁਰੂ ਕੀ ਫੌਜ। ਸਤਿਗੁਰ ਦਾ ਰੋਮ ਰੋਮ ਸ਼ੁਕਰ ਹੈ। ਅਤੇ ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਸਤਿਗੁਰੂ ਸੇਈ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਭੁੱਲ ਚੁੱਕ ਦੇਖੀ ਮੈਂ ਬਖਸ਼ਣੀ ਸਤਿਗੁਰੂ ਜੀ, ਜਿਉਂ ਬੁਲਾਵੈਂ ਤਿਉਂ ਬੋਲੈਂ ਸਵਾਮੀ, ਕੁਦਰਤ ਕਵਨ ਹਮਾਰੀ, ਕੁਦਰਤ ਕਵਨ ਹਮਾਰੀ, ਬੇਸ਼ੁਮਾਰ ਅਥਾ ਅਗਨੰਤ ਅਤੋਲੇ, ਜਿਉਂ ਬੁਲਾਵੈਂ ਤਿਉਂ ਨਾਨਕ ਦਾਸ ਬੋਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।